ਅਸਲਾਮ ਅਲੈਕਮ, ਕੀ ਹਾਲ ਹੈਗਾ? ਆਹ ਦੇਖ ਲਓ ਜੀ, 39-14 ਦੇ ਰਾਜੇ ਹੁਣੀ ਲੱਗੇ ਮਾਸ਼ਾਅੱਲਾ। ਇਹ ਸਾਡਾ ਪੰਜਾਬੀ ਕਲਚਰ ਹੈ। 39-14 ਦੀ ਅੱਜ ਹੈ ਨਾ ਆਪਾਂ ਵੀਡੀਓ ਬਣਾਉਣੀ, ਅਤੇ ਇਹ ਗਲੀਆਂ ਇੰਡੀਆ ਦੇ ਵਕਤ ਦੀਆਂ ਤੁਹਾਨੂੰ ਦਿਖਾਉਂਦੇ ਹਾਂ। ਇੰਡੀਆ ਦੀਆਂ ਕਿਹੜੀ ਚੀਜ਼ ਬਾਕੀ? ਉਹ ਸਾਹਮਣੇ ਖੂਹ ਰਹਿ ਗਿਆ, ਆਪਾਂ ਇਹ ਵੀ ਆਪਾਂ ਦੇਖ ਲੈਂਦੇ ਹਾਂ ਅੱਜ। ਲੈ ਵੀ ਭਾ, ਆਪਾਂ ਬਣਾਉਣੀ ਪੰਜਾਬੀ ਜੀ ਆ। ਇਹ 39-14 ਦਾ ਜਨਾਬ ਆਖਰੀ ਮੇਰੇ ਖਿਆਲ ਨਿਸ਼ਾਨੀ ਬੱਚੀ ਖੂਹ, ਮੇਨ ਚੌਂਕ ਇਹ ਵੱਡਾ ਦੇਖ ਲਓ, ਬਹੁਤ ਵੱਡਾ ਚੌਂਕ ਸੀ। ਹੁਣ ਦੇਖੋ ਨਾ, ਇਹ 39-14 ਦਾ ਨਕਸ਼ਾ ਵਾ, ਇਹ ਮਸਜਿਦ ਆ। ਉਸ ਟਾਈਮ ਮਸਜਿਦ ਹੈ ਨਹੀਂ ਸੀ ਜਨਾਬ, ਉਹ ਪਰੇ ਖੂਹ ਉਹ 'ਚ ਇੱਕ ਖੂਹ ਹੀ ਹੁੰਦੀ, ਛੋਟਾ ਚੌਂਕ, ਉਹ ਵੀ ਖਤਮ ਹੋ ਗਈ। ਉੱਥੇ ਇੱਕ ਪਿੱਪਲ ਹੁੰਦਾ ਸੀ, ਮੈਨੂੰ ਯਾਦ ਆ, ਹੈ ਨਹੀਂ ਹੁਣ ਪਿੱਪਲ, ਉਹ ਪਹਿਲੇ ਹੈਗਾ ਸੀ, ਜ਼ਫਰਦੀਨ ਲੁਹਾਰ ਰਹਿੰਦਾ ਹੁੰਦਾ ਸੀ ਉੱਥੇ, ਉਹ ਖਤਮ ਹੋ ਗਿਆ। ਇਹ ਆਪਣੇ ਇੰਦਗੜ੍ਹ ਦੇ ਅੱਛਾ, ਆਹ ਡੇਰਾ ਹੈਗਾ ਲਾਠੀਆਂ ਵਾਲਿਆਂ ਦਾ, ਹੈ ਨਾ, ਇਹ ਪਿੰਡ ਰਾਣੇ ਲਾਠੀਆਂ ਪਿੰਡ ਸੀ ਇੰਡੀਆ 'ਚ, ਉੱਥੋਂ ਦੇ। ਇਹ ਇੰਦਗੜ੍ਹ ਦੇ ਨਾ, ਮਾਸਟਰ ਬੀਬਾ ਕਹਿੰਦੇ, ਸਹੀ ਨਾਮ ਮਾਸਟਰ ਦਾ ਕੀ ਮੈਨੂੰ ਵੀ ਭੁੱਲਿਆ ਯਾਰ, ਹੈਂ, ਆਹ ਮਾਸਟਰ ਨਵਾਜ਼ ਸਾਹਿਬ, ਬਹੁਤ ਅੱਛੇ ਇਨਸਾਨ ਸਾਹਮਣੇ। ਹਾਂ, ਉਹ ਪਿੱਪਲ, ਉਹ ਵਾਕਈ ਇੰਡੀਆ ਦੇ ਵਗਤ ਦਾ ਬਹੁਤ ਵੱਡਾ ਪਿੱਪਲ, ਅਤੇ ਅਸੀਂ ਡਰਦੇ ਨੇ ਥੱਲੇ ਜਾਣਾ, ਕਿਹੜਾ 7 ਗੇੜੇ ਨਿਕਲਣੇ, ਜਿੰਨ ਫੜ ਲੈਣਗੇ। ਅਤੇ ਆਹ ਮੁੰਡੇ ਆਪਣੇ ਚੱਕਦੇ ਆ ਜੀ, ਮਾਸ਼ਾਅੱਲਾ। ਉਹ ਪਿੱਪਲ ਇੰਡੀਆ ਦੇ ਵਕਤ ਦਾ ਕਿਹੜਾ ਯਾਰ, ਉਹਦੇ ਉੱਪਰ ਬਣਾਉਂਦੇ। ਹਾਂ ਅੱਛਾ, ਆਹ ਜਿਹੜਾ ਜਨਾਬ ਆਪਣੀ ਆਖਰੀ ਨਿਸ਼ਾਨੀ ਕਹਿ ਲਓ ਵੀ ਪਿੰਡ ਦੀ, ਹੈ ਨਾ, ਇਹ ਦੇਖੋ ਨਾ, ਇਹ ਖੂਹ 'ਚ ਖਸਤਾ ਹਾਲ ਬਿਲਕੁਲ, ਚਾਹੀਦਾ ਨਟੀਨ ਟੱਪਾ ਰੋਗਨ ਕਰਾਇਆ, ਸੋਹਣਾ ਬਣਾਇਆ ਹੋਵੇ ਕਲਚਰ, ਇਹਨੂੰ ਖਤਮ ਨਹੀਂ ਕਰਨਾ ਚਾਹੀਦਾ। 39-14 ਦਾ ਵਿਰਸਾ ਵਾ, ਲੇਕਿਨ ਦੇਖ ਲਓ ਵਿਰਸੇ ਦਾ ਹਾਲ। ਅਤੇ ਇਹ ਤਕਰੀਬਨ 5 ਫੁੱਟ ਮੇਰੀ ਸੁਰਤ, ਅਸੀਂ ਪਾਣੀ ਪੀਂਦੇ ਰਹੇ, 5-6 ਫੁੱਟ ਉੱਚਾ ਹੁੰਦਾ ਸੀ ਜ਼ਮੀਨ ਨਾਲੋਂ, ਕਿ ਜ਼ਿਆਦਾ ਹੀ ਸੀ ਬੰਦੇ ਜਿੰਨਾ ਹੈਗਾ ਸੀ, ਕਿਉਂਕਿ ਇਹ ਸਿੱਖ ਵੀ ਇਸਤੇਮਾਲ ਕਰ ਰਹੇ, ਹਿੰਦੂ ਮੁਸਲਮਾਨ। ਅਤੇ ਇਹ ਜਨਾਬ ਆਖਰੀ ਨਿਸ਼ਾਨੀ, ਲੇਕਿਨ ਅਫਸੋਸ, ਇਸ ਪਿੰਡ 'ਤੇ ਚਾਹੀਦਾ ਸਾਨੂੰ ਇਹ 'ਤੇ ਤਵੱਜੋ ਦੇਣੀ ਸਾਰਿਆਂ ਰਲ ਕੇ, ਅਸੀਂ ਵਿੱਚ ਹੀ ਆ, ਅਸੀਂ ਵੀ ਇੱਥੋਂ ਦੇ ਰਹਿਣ ਵਾਲੇ। ਅਤੇ ਆਹ ਦੇ ਮਸਜਿਦ ਆ। ਅੱਛਾ, ਆਖਰੀ ਨਾ ਜਿਹੜਾ ਨਿਸ਼ਾਨੀ ਹੋਰ ਬਚੀ ਆ, ਦੂਸਰੀ ਨਿਸ਼ਾਨੀ ਹੈ ਪਿੱਪਲਾ ਜੋ ਬਚੀ, ਇੱਥੇ 4 ਪਿੱਪਲੇ ਕਿੱਥੇ ਹੁੰਦਾ ਸੀ, 5 ਪਿੱਪਲ ਹੁੰਦੇ, ਮੈਂ ਨਾ ਉਹ ਜਿਹੜੀ ਨਿੰਮ ਵੀ ਨਿੱਕੇ ਹੁੰਦੇ ਦੇਖਦੇ ਰਹੇ, ਅੱਲਾ ਜਾਣੇ, ਉਹ ਵੀ ਸਿਖਾਉਂਦੀ ਆ ਉਗੜੀ, ਪੱਕਾ ਯਾਦ, ਪੱਕਾ ਯਾਦ, ਹਾਂ ਉਹ ਬਚੀ ਆ। ਅਤੇ ਇੱਕ ਬੰਦਾ ਆਹ ਸਿੱਖਾਂ ਦੇ ਵੇਲੇ ਦਾ ਬਚਿਆ ਜੀ, ਸਲਾਮ ਅਲੈਕੁਮ, ਕੀ ਆ ਤੁਹਾਡਾ ਪਿੰਡ ਕਿਹੜਾ ਸੀ ਯਾਰ, ਪਿੱਛੇ ਫਿਰੋਜ਼ ਵਾਲਾ? ਹਾਂਜੀ, ਫਿਰੋਜ਼ ਵਾਲਾ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ, ਫਿਰੋਜ਼ ਵਾਲਾ ਪਿੰਡ, ਹੈ ਨਾ। ਹਾਂ, ਤੁਹਾਡੇ ਬਜ਼ੁਰਗਾਂ ਦੀ ਵੀਡੀਓ ਮੈਂ ਬਣਾਈ ਸੀ ਇੱਕ ਦਫਾ, ਪਤਾ ਨਹੀਂ ਬਜ਼ੁਰਗ ਹੈਗੇ ਲੱਗ ਹੈਗੇ ਅਜੇ 10-12 ਸਾਲਾਂ ਦੀ ਉਮਰ ਸੀ ਉਧਰੋਂ ਆਏ। ਮੈਂ ਹਾਂ ਮੈਂ ਬਣਾਈ ਗੱਲ ਬੰਦ ਤੁਹਾਡੇ ਬਾਬੇ। ਅੱਛਾ ਅੱਛਾ, ਇੰਡੀਆ ਦੇ ਵਗਤ ਦਾ ਆਹ ਹੀ ਹੈ ਨਾ ਆਖਰੀ ਆ ਪਿੱਪਲ, ਇਹ ਬਹੁਤ ਵੱਡਾ ਹੁੰਦਾ ਸੀ ਯਾਰ, ਇਹ ਝੁੱਕ ਜੜ ਜੁੜ ਨਿਕਲੀ, ਇਹ ਆਖਰੀ ਦੂਸਰੀ ਨਿਸ਼ਾਨੀ ਇਹ ਹੈ। ਠੀਕ ਹੋ ਗਿਆ, 39-14 ਦਾ ਨਕਸ਼ਾ ਦੇਖ ਲਓ, ਜ਼ਿਲ੍ਹਾ ਸਾਹੀਵਾਲ, ਤਹਿਸੀਲ ਚੀਚਾਨੀ, ਅੱਡਾ ਕਸੋ, ਕਿੱਦਾਂ ਸਿੱਖ ਸਰਦਾਰ ਜੀ ਨੇ ਮਿਲਾਈ ਹੋਈ ਆ। ਅੱਛਾ, ਸਰਦਾਰ ਦੀ ਇਹ। ਅੱਛਾ, ਇਹ ਜਿਹੜਾ ਚੌਂਕ ਸਾਹਮਣੇ ਮਕਾਨ, ਇੱਥੇ ਨਾ ਰਹਿਮਾਨੀ ਰਹਿੰਦੇ, ਜਿਹਨੂੰ ਪ੍ਰਜਾਪਤ ਕਹਿੰਦੇ ਘੁੰਮਿਆਰ, ਉਹ ਇੱਥੋਂ ਉੱਠ ਗਿਆ ਕੋਈ ਵਜੂਹਾਤ ਜੋ ਵੀ ਬਣੀ, ਇਹ ਉਹਨਾਂ ਕੋਲ ਮਕਾਨ ਸੀ ਜਦੋਂ ਨਾ ਫਿਰ ਢਾਇਆ ਡਾਕਟਰ ਰਫੀਕ ਸਾਹਿਬ ਨੇ, ਅਤੇ ਇਹ 'ਚੋਂ ਬੜਾ ਸੋਨਾ ਨਿਕਲਿਆ, ਇਹ ਵੀ ਤੁਹਾਨੂੰ ਐਡ ਕਰਦਾ, ਕਈਆਂ ਲੋਕਾਂ ਨੂੰ ਨਹੀਂ ਪਤਾ, ਬੜਾ ਸੋਨਾ ਜੇਵਰਾਤ, ਇੱਥੇ ਸੁਨਿਆਰੇ ਰਹਿੰਦੇ, ਕੋਈ ਹਿੰਦੂ ਸੁਨਿਆਰਾ ਸੀ, ਇਹ ਜਗ੍ਹਾ ਦੇਖ ਲਓ ਸਾਹਮਣੇ ਵੀਡੀਓ ਚੱਲ ਰਹੀ ਨੇ, ਮਕਾਨ ਪਹਿਲੇ ਇਹ ਵੀ ਖਸਤਾ ਹਾਲ ਹੋ ਗਏ, ਕੱਚੇ ਹੁੰਦੇ ਸੀ, ਇੱਥੇ ਇਹ ਡੇਰਾ ਰਹਿਮਾਨੀਆਂ ਦਾ ਯਾਨੀ ਪ੍ਰਜਾਪਤਾਂ ਦਾ ਹੁੰਦਾ ਸੀ। ਠੀਕ ਹੋ ਗਿਆ, ਦੇਖ ਲਓ, ਇਹ ਹੁਣ ਫਿਰ ਡਾਕਟਰ ਰਫੀਕ ਸਾਹਿਬ, ਅੱਲਾ ਉਹਨਾਂ 'ਤੇ ਰਹਿਮਤ ਕਰੇ, ਅਤੇ ਬਹੁਤ ਅੱਛੇ ਇਨਸਾਨ ਸੀ, ਇਹ ਉਹਨਾਂ ਦਾ ਡੇਰਾ ਹੁੰਦਾ ਸੀ, ਇੱਥੇ ਅਸ਼ਰਫੇ ਪੀਏ ਵੀ ਬਹਿੰਦੇ ਸੀ ਸਾਰੇ, ਅਸੀਂ ਲੋਕ ਸਾਰੇ ਇੱਥੇ ਇਕੱਠੇ ਹੁੰਦੇ ਡੇਰਾ ਸ਼ੇਰਾ ਹੁੰਦਾ। ਹੁਣ ਬਸ ਹਾਲੋ ਹਾਲਾਤ ਦੇਖ ਲਓ, ਇਹ ਕੋਠੀ ਬੜੀ ਖੂਬਸੂਰਤ ਹੁੰਦੀ ਸੀ ਉਸ ਟਾਈਮ। ਅੱਛਾ, ਆਹ ਦੱਸਦੇ ਵੀ ਸਿੱਖਾਂ ਦੇ ਵੇਲੇ ਦੀ ਆ, ਯਾਨੀ ਹੈ ਇਹ ਰਹਿਮਾਨੀਆਂ ਦਾ ਯਾਨੀ ਡੇਰਾ ਵੀ ਹੁੰਦਾ ਸੀ, ਜਿਹਨੂੰ ਪ੍ਰਜਾਪਤ ਕਹਿੰਦੇ ਹਨ ਨਾ, ਇਹ ਇੱਥੇ ਉਹ ਬਹਿੰਦੇ ਸੀ। ਅੱਲਾ ਉਹਨਾਂ 'ਤੇ ਰਹਿਮਤ ਕਰੇ, ਸਾਰੇ ਪਿੰਡ 'ਤੇ ਰਹਿਮਤ ਕਰੇ ਜੀ। ਇਹ ਬੈਠਕ ਬੜੀ ਉਦੋਂ ਜਦੀਦ ਦੌਰ 'ਚ ਬਣੀ ਸੀ, ਯਾਨੀ 1972-73 ਜਾਂ 75 'ਚ ਬਣੀ ਆ। ਦੇਖੋ ਹੁਣ ਖਸਤਾ ਹਾਲ ਹੋਈ, ਡਾਕਟਰ ਰਫੀਕ ਸਾਹਿਬ ਇਸ ਦੁਨੀਆ ਤੋਂ ਚਲੇ ਗਏ, ਉਹਨਾਂ ਦੇ ਅੱਗੇ ਬੇਟੇ ਅਰਸ਼ਦ ਸਾਹਿਬ ਸ਼ਾਹਦ ਮੈਡੀਕਲ ਵਾਲੇ, ਅਤੇ ਚਾਚਾ ਰਸ਼ੀਦ ਵੀ ਇੱਥੇ ਹੁੰਦਾ ਸੀ, ਬਾਬਾ ਕਾਦਰ ਵੀ, ਅੱਲਾ ਇਹਨਾਂ 'ਤੇ ਰਹਿਮਤ ਕਰੇ। ਹਾਂ, ਅਤੇ ਬੜਾ ਯਾਨੀ ਇੱਥੇ ਸਿਆਣੇ ਹੁੰਦੇ ਸੀ ਬਜ਼ੁਰਗ, ਅੱਲਾ ਉਹਨਾਂ ਪਾਕ 'ਤੇ ਉਹਨਾਂ 'ਤੇ ਰਹਿਮਤ ਕਰੇ। ਸਾਹਮਣੇ ਚੌਧਰੀ ਮਹਿੰਦੀ ਖਾਨ, ਬਹੁਤ ਹੀ ਪਿਆਰੇ ਸ਼ਰੀਫ ਇਨਸਾਨ ਸੀ, ਪਿੰਡ ਲਾਠੀਆਂ ਤੋਂ, ਇੰਡੀਆ ਜ਼ਿਲ੍ਹੇ ਦਾ ਮੈਨੂੰ ਹੁਣ ਯਾਦ ਨਹੀਂ। ਅਤੇ ਦੋਸਤੋ,
ਇਹ ਯਾਦਗਾਰੀ ਗੱਲਾਂ ਵਾ, ਇਹ ਭੁੱਲਣੀਆਂ ਨਹੀਂ ਆਪਣੇ ਪਿੰਡ ਦਾ ਵਿਰਸਾ। ਠੀਕ ਹੈ ਨਾ, ਅਸੀਂ ਵੀ ਇੱਥੇ ਜੰਮੇ ਪਲੇ, ਕਿਸ਼ਨਪੁਰਾ ਕਲਾਂ ਤੋਂ, ਮੋਗੇ ਜਗਰਾਵਾਂ ਤੋਂ ਆ ਗਏ ਹੈਂ, ਅਤੇ ਇੱਥੇ ਪਿੰਡ ਚੱਕਰ ਦੇ ਵੀ ਬੜੇ ਬੰਦੇ ਰਹਿਣ ਵਾਲੇ, ਅਤੇ ਇੰਦਗੜ੍ਹ ਇਹ ਵੋ ਸਾਰੀ ਮਾਲੂਮਾਤ ਹੈ। ਠੀਕ ਹੋ ਗਿਆ ਜੀ, ਸ਼ੁਕਰੀਆ, ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਮਿਹਰਬਾਨੀ ਜੀ, ਅੱਲਾ ਹਾਫਿਜ਼।